अज असीं तुहाडी मुलाकात करवाउण जा रहे हाँ सुरिंदर सिंह खालसा जो कि हलका बलुआना तो श्रोमणी अकाली दल अमृतसर के उम्मीदवार ने अते बलजिंदर सिंह खालसा जी दे नाल जो कि हलका अबोर तो श्रोमणी अकाली दल अमृतसर के उम्मीदवार ने इन्हों का चोन निशान है बाल्टी। साडी टीम नाल गलबात करदे हां सुरिंदर सिंह खालसा ते बलजिंदर सिंह खालसा जी ने पार्टी प्रधान सरदार सिमरजीत मान जी की सोच नूं बेहद ही सराहा। उन्होंने कहा अगर 2022 विच श्रोमणी अकाली दल अमृतसर की सरकार आती है तो पंजाब मुड़ तरक्की की राह वल वधेगा, सारे रुके काम जल्दी तो जल्दी पूरे होंगे। आओ करदे हां गलबात बलजिंदर सिंह खालसा ते सुरिंदर सिंह खालसा जी दे नाल। ਦੇਖੋ ਪੰਜਾਬ ਪਲੱਸ ਚੈਨਲ 'ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਆਏ ਹਾਂ ਸੁਰਿੰਦਰ ਸਿੰਘ ਖਾਲਸਾ ਜਿਹੜੇ ਕਿ ਬੱਲੂਆਣੇ ਤੋਂ ਅਕਾਲੀ ਦਲ ਅੰਮ੍ਰਿਤਸਰ ਦੇ ਕੈਂਡੀਡੇਟ ਨੇ। ਬਾਈ ਜੀ ਸਵਾਗਤ ਆ ਤੁਹਾਡਾ ਸਾਡੇ ਸਪੈਸ਼ਲ ਸ਼ੋਅ 'ਚ। ਬਹੁਤ ਬਹੁਤ ਧੰਨਵਾਦ ਸਰਦਾਰ ਸਿਮਰਜੀਤ ਸਿੰਘ ਮਾਨ ਜਿਨ੍ਹਾਂ ਦੀ ਸੋਚ ਉੱਚੀ ਅਤੇ ਸੁੱਚੀ ਹੈ। ਕੋਈ ਅਸੀਂ ਤਾਂ ਗਨਮੈਨ ਵੀ ਨਹੀਂ ਚੱਜਣਾ ਰੱਖਦੇ, ਸਾਨੂੰ ਦੇਤੇ ਇਹਨਾਂ ਨੇ, ਕਹਿੰਦੇ ਜੀ ਗਨਮੈਨ ਰੱਖੋ। ਸਾਨੂੰ ਕੌਣ ਮਾਰਦਾ ਜੀ, ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਲੈਣਾ ਨਹੀਂ ਦੇਣਾ ਨਹੀਂ ਜੀ, ਅਸੀਂ ਸਿੱਧੇ ਸਾਦੇ ਬੰਦੇ ਹਾਂ ਜੀ। ਅਤੇ ਅੱਜ ਤੱਕਰ ਮੈਂ ਤਾਂ ਪਹਿਲੀ ਗੱਲ ਤਾਂ ਮੈਂ ਪਹਿਲੀ ਵਾਰ ਚੈਨਲ 'ਤੇ ਬੋਲ ਰਿਹਾ, ਮੈਂ ਤਾਂ ਕਦੇ ਚੈਨਲ 'ਤੇ ਨਹੀਂ ਬੋਲਿਆ, ਮੈਂ ਤਾਂ ਵੱਲ ਵੀ ਨਹੀਂ ਚੈਨਲ 'ਤੇ ਕਿਵੇਂ ਬੋਲੀ। ਸਾਰੇ ਸਿੱਖ ਜਗਤ ਨੂੰ ਪਤਾ ਔਰ ਵਰਲਡ ਨੂੰ ਪਤਾ ਵੀ ਉਹ ਕਿੰਨੇ ਸੁੱਚੇ ਅਤੇ ਸੱਚੇ ਇਨਸਾਨ ਆ ਜਿਹੜੇ ਸਿੱਖ ਕੌਮ ਲਈ, ਪੰਜਾਬੀਆਂ 'ਤੇ, ਪੰਜਾਬੀਆਂ 'ਤੇ ਪੰਜਾਬੀਅਤ ਲਈ। ਦੇਖੋ ਜੀ ਉਹ ਤਾਂ ਹੈ ਹੀ ਹੈ ਜੀ, ਕਿਉਂਕਿ ਅਸੀਂ ਅੱਜ ਤੱਕਰ ਕਿਸੇ ਨਾਲ ਕੋਈ ਵਿਗਾੜੀ ਨਹੀਂ, ਹਰੇਕ ਬੰਦਾ ਪ੍ਰੇਮ ਕਰਦਾ ਸਾਨੂੰ, ਅਤੇ ਪਿੰਡ ਪਿੰਡ ਜਾਂਦੇ ਹਾਂ, ਹਰੇਕ ਬੰਦੇ ਨੂੰ ਆਪਦੇ ਪਰਿਵਾਰ ਨੂੰ ਮਿਲਦੇ ਹਾਂ ਜੀ। ਦੇਖੋ ਜੀ ਇਹ ਤਾਂ ਮਾਨ ਸਾਹਿਬ ਦੀ ਬੜੀ ਚੰਗੀ ਸੋਚ ਹੈ, ਇਹ ਇਕੱਲੇ ਮਾਨ ਸਾਹਿਬ ਦੀ ਸੋਚ ਹੈ ਜੀ, ਹੋਰ ਕਿਸੇ ਪਾਰਟੀ ਦੀ ਸੋਚ ਨਹੀਂ। ਜੋ ਕਿ 6000 ਰੁਪਏ ਕੁਇੰਟਲ ਦੇ ਹਿਸਾਬ ਨਾਲ ਪਾਕਿਸਤਾਨ ਦੇ ਵਿੱਚ ਕਣਕ ਰੂਸ ਤੋਂ ਖਰੀਦ ਕੇ ਲਿਆਉਂਦਾ ਪਾਕਿਸਤਾਨ, ਅਤੇ ਜੇ ਸਾਡੀ 3000 ਰੁਪਏ ਵੀ ਵਿਕ ਜੂਗੀ ਤਾਂ ਸਾਨੂੰ ਤਾਂ 1000 ਰੁਪਏ ਦਾ ਇੱਥੋਂ ਫਾਇਦਾ ਹੀ ਹੋਊਗਾ, ਅਤੇ ਫਾਇਦੇ ਵਾਸਤੇ ਨਾਲੇ ਤਾਂ ਕਿਸਾਨ ਕਿਸਾਨੀ ਬਚੂਗੀ, ਨਾਲੇ ਮਜ਼ਦੂਰ ਵਰਕ ਬਚੂਗਾ, ਨਾਲੇ ਸਾਡੇ ਟਰਾਂਸਪੋਰਟ ਜਿਹੜੇ ਇੱਥੋਂ ਟਰਾਂਸਪੋਰਟ ਜਾਊਗੀ ਉਹਦੇ ਨਾਲ ਸਾਰਾ ਹੀ ਵਧੀਆ ਸਿਸਟਮ ਚੱਲ। ਪਾਰਟੀ ਪਾਰਟੀ ਕਰਦੇ ਆ ਜੀ। ਮੈਂ ਹੁਣੇ ਜਾ ਕੇ ਆਇਆ ਜੀ ਆਪਣੇ ਪਿੰਡ ਝੋਰੜ ਖੇੜਾ ਵਿਖੇ, ਅਤੇ ਸਦੀਕ ਪੱਟੀ ਰੋਡ ਸ਼ੋਅ ਕੀਤਾ। ਬਹੁਤ ਨੌਜਵਾਨਾਂ ਦੇ ਵਿੱਚ ਉਤਸ਼ਾਹ ਸੀ ਅਤੇ ਬਜ਼ੁਰਗਾਂ ਦੇ ਵਿੱਚ ਬੜਾ ਉਤਸ਼ਾਹ ਵੇਖਿਆ ਗਿਆ। ਮਾਨ ਸਾਹਿਬ ਪ੍ਰਤੀ, ਮਾਨ ਸਾਹਿਬ ਦੀ ਸੋਚ ਨੂੰ ਲੋਕ ਸਲਾਮ ਕਰਦੇ ਆ ਜੀ। ਥੈਂਕ ਯੂ। ਬਹੁਤ ਹੀ ਪਵਿੱਤਰ ਰੂਹ ਜਿਹੜੇ ਸਾਨੂੰ ਇੱਕ ਬਹੁਤ ਵੱਡਾ ਨੁਕਸਾਨ ਹੋਇਆ, ਸਾਡੇ ਤੋਂ ਬੋਲਿਆ ਨਹੀਂ ਜਾਂਦਾ, ਜੋ ਕਿ ਸਾਨੂੰ ਛੱਡ ਕੇ ਉਹ ਚਲੇ ਗਏ ਆ। ਪਰਮਾਤਮਾ ਨੂੰ ਪਤਾ ਜੋ ਉਹਨਾਂ ਨਾਲ ਭਾਣਾ ਵਰਤਿਆ, ਉਹਨਾਂ ਦਾ ਐਕਸੀਡੈਂਟ ਨਹੀਂ ਹੋਇਆ, ਸਾਨੂੰ ਇਹ ਲੱਗਦਾ ਕੋਈ ਕਿਸੇ ਦੀ ਸ਼ਿਆਸਤ ਨਾਲ ਉਹਨਾਂ ਦਾ ਕਤਲ ਕੀਤਾ ਗਿਆ। ਅਸੀਂ ਤਾਂ ਇਹੀ ਫੀਲ ਕਰਦੇ ਹਾਂ ਇਹਦੀ ਇਨਕੁਆਇਰੀ ਹੋਣੀ ਚਾਹੀਦੀ ਹੈ ਅਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸਰਦਾਰ ਸਿਮਰਨਜੀਤ ਸਿੰਘ ਮਾਨ, ਦੀਪ ਸਿੱਧੂ, ਸੁਰਿੰਦਰ ਸਿੰਘ ਖਾਲਸਾ, ਗੁਰਫਤਿਹ ਜੀ, ਸਾਧ ਪ੍ਰੋਗਰਾਮ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਵੱਲੋਂ, ਸਾਡੀ ਪਾਰਟੀ ਵੱਲੋਂ ਤੁਹਾਡੀ ਟੀਮ ਦਾ ਬਹੁਤ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕਰਦਾ ਹਾਂ ਜੀ। ਸੋ ਪੰਜਾਬ ਅਤੇ ਪੰਜਾਬੀਅਤ ਨੂੰ ਬਚਾਉਣ ਵਾਲੇ ਇੱਕੋ ਇੱਕ ਲੀਡਰ ਗਏ ਜੋ 40 ਸਾਲ ਤੋਂ ਸੰਘਰਸ਼ ਕਰ ਰਹੇ ਨੇ, ਉਹ ਕੌਮੀ ਜਰਨੈਲ ਸਰਦਾਰ ਸਿਮਰਜੀਤ ਸਿੰਘ ਮਾਨ, ਔਰ ਜਿਨ੍ਹਾਂ ਨੇ ਸਾਨੂੰ ਬੜਾ ਮਾਣ ਬਖਸ਼ਿਆ ਇਸ ਹਬੋਰ ਇਲਾਕੇ ਦੀ। ਇੰਨੀ ਕੁ ਦੁਰਦਸ਼ਾ ਹੈ, ਕੁਝ ਕੁ ਪਰਿਵਾਰਾਂ ਨੇ ਇੰਨਾ ਖੌਫ ਪੈਦਾ ਕੀਤਾ ਹੋਇਆ ਸੀ, ਇੱਥੇ ਕੋਈ ਵੀ ਬੰਦਾ ਉਹਨਾਂ ਦੇ ਸਾਹਮਣੇ ਆਉਣ ਨੂੰ ਨਹੀਂ ਤਿਆਰ ਸੀ। ਸੋ ਮਾਨ ਸਾਹਿਬ ਨੇ ਸਾਨੂੰ ਥਾਪੜਾ ਦੇ ਕੇ ਭੇਜਿਆ, ਅਤੇ ਅਸੀਂ ਇਹ ਬਿਲਕੁਲ ਵਿਸ਼ਵਾਸ ਦਿਵਾਉਂਦੇ ਹਾਂ ਵੀ ਅਬੋਹਰ ਸ਼ਹਿਰ ਦੇ ਵਿੱਚੋਂ ਬਿਲਕੁਲ ਇੱਥੋਂ ਦੇ ਵਾਸੀਆਂ ਨੂੰ ਭੈ ਮੁਕਤ ਅਤੇ ਬਹੁਤ ਵਧੀਆ ਫੈਸਿਲਿਟੀ ਆ। ਜੋ ਵੀ ਅਸੀਂ ਮੈਨੀਫੈਸਟੋ ਦੇ ਵਿੱਚ ਜੋ ਪਾਣੀ ਦੀ ਗੱਲ ਕੀਤੀ ਹੈ, ਜੋ ਵਿੱਦਿਆ ਦੀ ਗੱਲ ਕੀਤੀ ਹੈ, ਸਿਹਤ ਸੁਵਿਧਾਵਾਂ ਦੀ ਗੱਲ ਕੀਤੀ ਹੈ, ਉਹਨਾਂ 'ਤੇ ਪੂਰਨ ਤੌਰ 'ਤੇ ਖਰੇ ਉਤਰਾਂਗੇ। ਸਾਡੀ ਤਾਂ ਸਾਰੀ ਪਾਰਟੀ ਇਹਦੇ ਹੱਕ ਵਿੱਚ ਖੜੋਤੀ ਹੈ। ਸਾਡਾ ਉਹ ਪੰਜਾਬ, ਸਾਡਾ ਉਹੀ ਸੰਵਿਧਾਨ ਹੋਊਗਾ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਕਦੇ ਵੀ ਕਿਸੇ ਨੂੰ ਸਜ਼ਾਏ ਮੌਤ ਨਹੀਂ ਮਿਲੀ, ਔਰ ਹਰ ਇੱਕ ਨੂੰ, ਹਰ ਇੱਕ ਵਰਗ ਨੂੰ ਜਿਹੜੇ ਉਹਦੇ ਹੱਕ ਮਿਲੇ ਹੈ। ਗਰੀਬ ਪਰਿਵਾਰ ਤੱਕ ਸਾਡੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ, ਇੱਥੋਂ ਤੱਕ ਕਿ ਉਹਨਾਂ ਆਪਣੇ ਸਿਰ ਦੇ ਉੱਤੇ ਵੀ ਗੱਡੀਆਂ ਚੱਕ ਚੱਕ ਕੇ ਰਾਜ ਪਹੁੰਚਾਇਆ। ਸੋ ਇਹ ਜਿਹੜੀਆਂ ਹੈਗੀਆਂ
रवायती पार्टियां इन्हां वालों खालिस्तान का बड़ा खौफ उड़ाया गया पर अज की जिहड़ी नौजवान पीढ़ी है वह बिल्कुल समझ चुकी है। ये बिल्कुल शुद्ध ताजी वाली गल है। इसे हर धर्म का हर वर्ग का सत्कार होगा। देखो जे जामा मस्जिद ढहदी है उत्थे भी मान साहब जाते हैं, जे कि कुरान शरीफ की बेअदबी होंगी उत्थे भी जाते हैं, जे कि घट गिनतियां के उत्ते तशद्दुद होंदा उत्थे भी मान साहब भावें वह जम्मू कश्मीर भी क्यों ना हो उत्थे भी जाके खड़ोते हैं। इस करके मान साहब तो हमेशा ही घट गिनती कौमों के नाल खड़े हुए हैं। जिन्हें भी इतने लीडर ने सब यो पोलिटिक्स है पाड़ो तो राज करो भरा भरा लड़ा के उन्होंने जेलों में डक देंगे तो फिर उन्होंने कमाई ले जाते हैं। साडा कोई भी कैंडीडेट ऐसा नहीं है भी कोई किसी पर नजायज़ परचा पवावे। इतने ये भी गल है ना, जे कि कोई बोलने की जरूरत करता वो उत्ते भी जड़िया कांग्रेसी बंदे जोड़े है वो परचे पवा देंगे। सो असी इस गलों पूर्ण तौर पर सुचेत हाँ। तो मैं थोड़े माध्यम राही भी दसना चाहना भी इस डर तो इस खौफ तो मुक्त हो जाओ। हम मान साहब ने सभा ने सू इत भेज दिता है ये तशद असी किसी से नहीं। सिमरजीत पाल तेरी सोचते सरदार सिमरजीत सिंह जिंदाबाद सिमरजीत सिंह जिंदाबाद जिंदाबाद दीप सिद्धू जिंदाबाद।